ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਮਾਮਲੇ ਦੀ ਗੂੰਜ ਹੁਣ ਅਮਰੀਕਾ ਤੱਕ ਪਹੁੰਚ ਗਈ ਹੈ। ਹੁਣ ਅਮਰੀਕਾ ਦੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੱਲੋਂ ਇਸ ਮਾਮਲੇ ਦੇ ਵਿੱਚ ਰਿਪੋਰਟ ਮੰਗ ਲਈ ਹੈ ਅਤੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਪ੍ਰਸਿੱਧ ਅਮਰੀਕਾ ਦੇ ਅਟਾਰਨੀ ਜਸਪ੍ਰੀਤ ਸਿੰਘ ਨੂੰ ਸੱਦਾ ਦਿੱਤਾ ਹੈ ਤਾਂ ਜੋ ਉਹ ਇਸ ਮਾਮਲੇ ਦੇ ਉੱਪਰ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਣ। ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਸਪ੍ਰੀਤ ਸਿੰਘ ਕਮਲਾ ਹੈਰਿਸ ਨੂੰ ਮਿਲ ਕੇ ਇਸ ਮਾਮਲੇ ਦੀ ਸਾਰੀ ਜਾਣਕਾਰੀ ਦੇਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਅਟਾਰਨੀ ਜਸਪ੍ਰੀਤ ਸਿੰਘ ਨੇ ਕਮਲਾ ਹੈਰਿਸ ਨੂੰ ਪੱਤਰ ਲਿਖ ਕੇ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਦਖਲ ਦੀ ਮੰਗ ਕੀਤੀ ਸੀ। ਉਪ ਰਾਸ਼ਟਰਪਤੀ ਨੂੰ ਲਿਖੇ ਪੱਤਰ 'ਚ ਉਹਨਾਂ ਨੇ ਵੱਖ ਵੱਖ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਹੋਰਨਾਂ ਧਾਰਮਿਕ ਸੰਗਠਨਾਂ ਦੇ ਹਵਾਲੇ ਨਾਲ ਕਿਹਾ ਕਿ ਇਹਨਾਂ ਜਥੇਬੰਦੀਆਂ ਅਤੇ ਧਾਰਮਿਕ ਸੰਗਠਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਝੂਠੇ ਸਿਆਸੀ ਕੇਸ ਫਸਾ ਕੇ ਜੇਲ੍ਹ 'ਚ ਬੰਦ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਹਾਲ ਹੀ 'ਚ ਹੋਈਆਂ ਲੋਕ ਸਭਾ ਚੋਣਾਂ 'ਚ ਅੰਮ੍ਰਿਤਪਾਲ ਸਿੰਘ ਨੇ ਖੰਡੂਰ ਸਾਹਿਬ ਤੋਂ ਰਿਕਾਰਡ 1,97,120 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਉਸਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਜੇਲ੍ਹ 'ਚ ਬੰਦ ਹੋਣ ਦੇ ਬਾਵਜੂਦ ਉਹਨਾਂ ਨੂੰ ਕੁੱਲ 4,04,430 ਵੋਟਾਂ ਮਿਲੀਆਂ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਰਿਕਾਰਡ ਤੋੜ ਜਿੱਤ ਇਹ ਸਾਬਤ ਕਰਦੀ ਹੈ ਕਿ ਪੰਜਾਬ ਦੇ ਲੋਕ ਉਸ ਨਾਲ ਹੋਈ ਜਾਤੀ ਦੇ ਖਿਲਾਫ ਹਨ ਅਤੇ ਉਸ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਸੋ ਇਹ ਉਹ ਪੱਤਰ ਸੀ ਜਿਹੜਾ ਕਿ ਅਟਾਰਨੀ ਪ੍ਰਸਿੱਧ ਅਮੈਰੀਕਨ ਅਟਾਰਨੀ ਜਸਪ੍ਰੀਤ ਸਿੰਘ ਦੇ ਵੱਲੋਂ ਉਪ ਰਾਸ਼ਟਰਪਤੀ ਨੂੰ ਲਿਖਿਆ ਗਿਆ ਸੀ। ਸੋ ਇਸ ਤੋਂ ਬਾਅਦ ਹੁਣ ਸੱਦਾ ਪੱਤਰ ਹੈ ਜਿਹੜਾ ਉਹ ਜਸਪ੍ਰੀਤ ਨੂੰ ਮਿਲ ਚੁੱਕਿਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੁਣ ਅਟਾਰਨੀ ਜਸਪ੍ਰੀਤ ਸਿੰਘ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਮੁਲਾਕਾਤ ਹੋ ਸਕਦੀ ਹੈ ਅਤੇ ਅਟਾਰਨੀ ਜਸਪ੍ਰੀਤ ਸਿੰਘ ਇਸ ਮਾਮਲੇ ਦੇ ਉੱਪਰ ਪੂਰਨ ਤੌਰ 'ਤੇ ਜਾਣਕਾਰੀ ਹੈ ਜਿਹੜੀ ਕਮਲਾ ਹੈਰਿਸ ਨੂੰ ਦੇ ਸਕਦੇ ਨੇ। ਇੱਕ ਵੀਡੀਓ ਵੀ ਉਹਨਾਂ ਦੀ ਆਈ ਸੀ ਅਟਾਰਨੀ ਜਸਪ੍ਰੀਤ ਸਿੰਘ ਦੀ, ਜਿਸ ਦੇ ਵਿੱਚ ਇਸ ਮਾਮਲੇ ਦੇ ਉੱਪਰ ਉਹ ਬੋਲਦੇ ਦਿਖਾਈ ਦਿੱਤੇ ਸੀ। ਉਹਨਾਂ ਦੇ ਵੱਲੋਂ ਉਸ ਵੀਡੀਓ ਦੇ ਵਿੱਚ ਕੀ ਕਿਹਾ ਗਿਆ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਟਾਨੀ ਐਟ ਲਾਅ। ਭਾਈ ਅੰਮ੍ਰਿਤਪਾਲ ਸਿੰਘ ਜੀ ਜਿਹੜੇ ਕਿ ਹੁਣੇ ਹੁਣੇ ਖਡੂਰ ਸਾਹਿਬ ਪਾਰਲੀਮੈਂਟਰੀ ਕੰਸਟੀਚੁਐਂਸੀ ਤੋਂ ਜਿੱਤੇ ਨੇ ਅਤੇ ਉਹਨਾਂ ਦੀ ਜਿਹੜੀ ਜਿੱਤ ਹੈ ਉਹ ਲੈਂਡਸਲਾਈਡ ਵਿਕਟਰੀ ਹੋਈ ਆ। ਇੰਡੀਪੈਂਡੈਂਟ ਕੈਂਡੀਡੇਟ ਸੀਗੇ ਅਤੇ ਜੇਲ੍ਹ ਦੇ ਵਿੱਚੋਂ ਹੀ ਉਹਨਾਂ ਨੇ ਇਲੈਕਸ਼ਨ ਲੜੀ ਅਤੇ ਉਹਨਾਂ ਦਾ ਜਿਹੜਾ ਰਿਹਾਈ ਦਾ ਮਸਲਾ ਹੈਗਾ ਉਹ ਅਸੀਂ ਅਮੈਰੀਕਨ ਗਵਰਨਮੈਂਟ ਨਾਲ ਟੇਕ ਅਪ ਕੀਤਾ। ਅਮਰੀਕਾ ਦੇ ਜਿਹੜੇ ਵੇਰੀਅਸ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਨੂੰ ਅਸੀਂ ਰੈਪ੍ਰਜੈਂਟ ਕਰਦੇ ਹਾਂ ਇਮੀਗ੍ਰੇਸ਼ਨ ਦੇ ਮੈਟਰਸ ਦੇ ਵਿੱਚ ਪਹਿਲਾਂ ਹੀ। ਉਹਨਾਂ ਦੇ ਕਹਿਣ 'ਤੇ, ਅਮਰੀਕਾ ਦੀਆਂ ਸਿੱਖ ਸੰਗਤਾਂ ਦੇ ਕਹਿਣ 'ਤੇ, ਸਾਡਾ ਆਪਣਾ ਲੰਬਾ ਚੌੜਾ ਅਮੈਰੀਕਾ ਦੇ ਵਿੱਚ ਕਲਾਇੰਟ ਬੇਸ ਹੈ। ਇਸ ਟਾਈਮ 'ਤੇ ਅਸੀਂ ਤਕਰੀਬਨ 6,500 ਤੋਂ ਉੱਤੇ ਕਲਾਇੰਟਾਂ ਦੇ ਕੇਸ ਸਾਡੇ ਕੋਲ ਚੱਲ ਰਹੇ ਨੇ ਅਤੇ ਤਕਰੀਬਨ ਪਿਛਲੇ 25 ਸਾਲਾਂ ਦੇ ਵਿੱਚ 8,000 ਤੋਂ ਉੱਪਰ ਸਾਡਾ ਇੱਥੇ ਜਿਹੜੇ ਹੈਗੇ ਨੇ ਉਹ ਕੇਸ ਪਾਸ ਹੋਏ ਨੇ। ਸੋ ਉਹਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਲੋਕਾਂ ਦੀ ਓਵਰਵੈਲਮਿੰਗ ਮੈਨੂੰ ਡਿਮਾਂਡ ਸੀਗੀ ਕਿ ਤੁਸੀਂ ਅਮੈਰੀਕਨ ਲੀਡਰਸ਼ਿਪ ਦੇ ਨਾਲ ਇਹ ਮਸਲਾ ਟੇਕ ਅਪ ਕਰੋ ਅਤੇ ਉਹਨਾਂ ਦੇ ਕਹਿਣ 'ਤੇ ਸਾਰਿਆਂ ਦੇ ਮੈਂ ਜਿਹੜਾ ਹੈਗਾ ਇਹ ਮਸਲਾ ਅਮੈਰੀਕਨ ਗਵਰਨਮੈਂਟ ਨਾਲ, ਅਮੈਰੀਕਾ ਦੇ ਲੀਡਰ ਨਾਲ ਟੇਕ ਅਪ ਕੀਤਾ। ਜਿਹੜੇ ਮੇਰੇ ਸੋਸ਼ਲ ਮੀਡੀਆ ਅਕਾਊਂਟਸ ਦੇਖਦੇ ਨੇ ਸਾਰਿਆਂ ਨੂੰ ਪਤਾ ਹੀ ਆ ਕਿ ਮੈਂ ਅਕਸਰ ਅਮੈਰੀਕਾ ਦੇ ਲੀਡਰਸ ਨੂੰ ਮਿਲਦਾ ਰਹਿੰਦਾ ਅਤੇ ਉਹਨਾਂ ਨੂੰ ਮਿਲ ਕੇ ਜਿਹੜੇ ਇਮੀਗ੍ਰੇਸ਼ਨ ਦੇ ਇਸ਼ੂਜ਼ ਹੁੰਦੇ ਨੇ ਜਾਂ ਸਾਡੇ ਜਿਹੜੇ ਅਮੈਰੀਕਾ ਦੇ ਵਿੱਚ ਹੇਟ ਕ੍ਰਾਈਮ ਵਗੈਰਾ ਜਾਂ ਇਸ ਕਿਸਮ ਦੇ ਇਸ਼ੂਜ਼ ਨੇ, ਉਹ ਮੈਂ ਰੇਜ਼ ਕਰਦਾ। ਪਹਿਲੀ ਵਾਰੀ ਆ ਕਿ ਮੈਂ ਇਹ ਮਸਲਾ ਜਿਹੜਾ ਹੈਗਾ ਉਹ ਜਿਹਦਾ ਸੰਬੰਧ ਇੰਡੀਆ ਨਾਲ ਆ ਉਹ ਮੈਂ ਉਹਨਾਂ ਦੇ ਨਾਲ ਟੇਕ ਅਪ ਕਰ ਰਿਹਾ। ਇਸ ਸਿਲਸਿਲੇ ਦੇ ਵਿੱਚ ਅਮੈਰੀਕਾ ਦੇ ਜਿਹੜੇ ਆਨਰੇਬਲ ਵਾਈਸ ਪ੍ਰੈਜ਼ੀਡੈਂਟ ਨੇ ਕਮਲਾ ਹੈਰਿਸ, ਉਹਨਾਂ ਨਾਲ ਮੇਰੀ ਗੱਲ ਹੋਈ ਆ, ਉਹਨਾਂ ਦੇ ਆਫਿਸ ਨਾਲ ਕਮਿਊਨੀਕੇਸ਼ਨ ਵੀ ਹੋਇਆ ਅਤੇ ਸ਼ੀ ਵਾਜ਼ ਵੈਰੀ ਕਾਇੰਡ ਕਿ ਉਹਨਾਂ ਨੇ ਇਸ 'ਤੇ ਆਪਣਾ ਧਿਆਨ ਦਿੱਤਾ ਹੈ ਅਤੇ ਮੈਨੂੰ ਉਹ ਪਹਿਲਾਂ ਵੀ ਬੜੀ ਚੰਗੀ ਤਰ੍ਹਾਂ ਜਾਣਦੇ ਨੇ, ਮੇਰੇ ਉਹਨਾਂ ਨਾਲ ਬੜੇ ਚੰਗੇ ਤਾਲੁਕਾਤ ਨੇ
ਅਤੇ ਅੱਗੇ ਵੀ ਮੈਂ ਉਹਨਾਂ ਨੂੰ ਆਪ 2-3 ਮਹੀਨਿਆਂ 'ਚ 2 ਵਾਰੀ ਮਿਲ ਚੁੱਕਾ, ਪਰ ਉਹਦੇ 'ਚ ਮੈਂ ਤਕਰੀਬਨ ਜਿਹੜੇ ਇਮੀਗ੍ਰੇਸ਼ਨ ਦੇ ਇਸ਼ੂਜ਼ ਵਗੈਰਾ ਸੀ ਉਹ ਉਹਨਾਂ ਨਾਲ ਗੱਲਬਾਤ ਕੀਤੀ। ਐਤਕੀ ਮੈਂ ਉਹਨਾਂ ਨਾਲ ਗੱਲ ਕੀਤੀ ਆ ਅਤੇ ਉਹਨਾਂ ਨੇ ਮੈਨੂੰ ਉਹਨਾਂ ਦੇ ਆਫਿਸ ਦੇ ਵਿੱਚ ਆਉਣ ਦਾ ਟਾਈਮ ਦਿੱਤਾ ਜੀ। ਇਹ ਆ June 11 ਟਿਊਜ਼ਡੇ, ਉਦਣ ਮੇਰੀ ਮੁਲਾਕਾਤ ਹੋਣੀ ਆ ਉਹਨਾਂ ਦੇ ਆਫਿਸ ਦੇ ਵਿੱਚ ਉਹਨਾਂ ਦੇ ਜਿਹੜੇ ਸਟਾਫ ਦੇ ਨਾਲ, ਉਹਨੂੰ ਫੋਲੋ ਅਪ ਕਰਨ ਲਈ। ਅਤੇ ਮੈਡਮ ਨੇ ਉਹਨਾਂ ਨੂੰ ਇੰਸਟਰਕਟ ਕੀਤਾ ਕਿ ਇਹਦੇ 'ਤੇ ਜੋ ਵੀ ਲੋੜੀਂਦਾ ਕਾਰਵਾਈ ਆ ਉਹ ਕਰੋ, ਅਤੇ ਉਹਨਾਂ ਨਾਲ ਮੇਰੀ ਗੱਲਬਾਤ ਹੋਊਗੀ। ਪਹਿਲਾਂ ਉਹ ਸੁਣਨਗੇ ਵੀ ਕੀ ਮਸਲਾ, ਅਤੇ ਫਿਰ ਅੱਗੇ ਜਿਹੜੀ ਅਮੈਰੀਕਾ ਸਰਕਾਰ ਆ ਉਹਨੂੰ ਅਸੀਂ ਕਹਾਂਗੇ ਵਿੱਚ ਇੰਟਰਫੀਅਰ ਕਰੇ। ਇਹਦੇ ਨਾਲ ਨਾਲ 7 ਤਰੀਕ ਨੂੰ ਆ ਫਰਾਈਡੇ ਨੂੰ ਨਿਊ ਜਰਸੀ ਦੇ ਸੈਂਟਰ ਨੇ ਕੋਰੀ ਬੁੱਕਰ, ਜਿਹੜੇ ਕਿ ਉਹ ਵੀ ਮੇਰੇ ਬੜੇ ਮਿੱਤਰ ਨੇ, ਉਹਨਾਂ ਨਾਲ ਮੇਰੀ ਮੁਲਾਕਾਤ ਨਿਊ ਜਰਸੀ ਹੋਈ ਅਤੇ ਉਹਨਾਂ ਨਾਲ ਮੈਂ ਇਹ ਸਾਰਾ ਇਸ਼ੂ ਡਿਸਕਸ ਕੀਤਾ। ਉਹਨਾਂ ਨੂੰ ਮੈਂ ਇੱਕ ਰਿਟਨ ਲੈਟਰ, ਮੈਂ ਵਾਈਸ ਪ੍ਰੈਜੀਡੈਂਟ ਨੂੰ ਵੀ ਇੱਕ ਜਿਹੜਾ ਲਿਖਤੀ ਲੈਟਰ ਦਿੱਤਾ ਅਤੇ ਇਹਨਾਂ ਸੈਨੇਟਰਾਂ ਨੂੰ ਵੀ ਲਿਖਤੀ ਲੈਟਰ ਭੇਜੇ ਨੇ ਸਾਰੀ ਸਿਚੁਏਸ਼ਨ ਦੱਸ ਕੇ, ਅਤੇ ਉਹਨਾਂ ਨੇ ਵੀ ਇਹ ਮੈਟਰ ਜਿਹੜਾ ਉਹ ਟੇਕ ਅਪ ਕਰਨ ਦੀ ਜਿਹੜੀ ਆ ਉਹ ਗੱਲ ਕਹੀ ਆ। ਅਤੇ ਉਹਨਾਂ ਦੇ ਨਾਲ ਨਾਲ ਸੈਨੇਟਰ ਜੈਕਲਿਨ ਰੋਜ਼ਨ, ਜਿਹੜੇ ਕਿ ਨਵਾਡਾ ਤੋਂ ਸੈਂਟਰ ਨੇ, ਉਹਨਾਂ ਨਾਲ ਮੇਰੀ ਮੁਲਾਕਾਤ ਹੋਈ 7 ਨੂੰ। ਫਿਰ ਰੂਬਿਨ ਗੈਲੇਗੋ, ਇਹ ਕਾਂਗਰਸਮੈਨ ਨੇ ਐਰੀਜ਼ੋਨਾ ਤੋਂ, ਮੇਰੇ ਮਿੱਤਰ ਨੇ, ਇਹ ਵੀ ਉੱਥੇ ਸੈਨੇਟ ਦੀ ਇਲੈਕਸ਼ਨ ਲੜ ਰਹੇ ਆ, ਇਹ ਵੀ ਉੱਥੇ ਸੀ, ਇਹਨਾਂ ਨਾਲ ਗੱਲਬਾਤ ਹੋਈ। ਰੋ ਮਨੈਂਡਸ ਨਿਊ ਜਰਸੀ ਦੇ, ਜਿਹੜੇ ਸੈਂਟਰ ਬੋਬ ਮਨੈਂਡਸ ਉਹਨਾਂ ਦੇ ਬੇਟੇ ਨੇ ਕਾਂਗਰਸਮੈਨ ਰੋ ਮਨੈਂਡਸ, ਉਹਨਾਂ ਨਾਲ ਗੱਲਬਾਤ ਹੋਈ ਮਤਲਬ 7 ਤਰੀਕ ਨੂੰ। ਇਹ ਵੀ ਮੇਰੇ ਮਿੱਤਰ ਨੇ ਅਤੇ ਇਹਨਾਂ ਨੂੰ ਮੈਂ ਸਾਰਾ ਇਹ ਜਿਹੜਾ ਲਿਖਤੀ ਰੂਪ ਦੇ ਵਿੱਚ ਦਿੱਤਾ ਕਿ ਕੀ ਇਸ਼ੂ ਆ। ਅਤੇ ਇਹਦੇ ਨਾਲ ਨਾਲ ਹੁਣ ਤੱਕ ਅਮਰੀਕਾ ਦੇ ਤਕਰੀਬਨ 20 ਕਾਂਗਰਸਮੈਨ ਅਤੇ ਸੈਂਟਰਾਂ ਦੇ ਨਾਲ ਸਾਡਾ ਫੋਨ 'ਤੇ ਜਾਂ ਉਹਨਾਂ ਦੇ ਆਫਿਸ ਦੇ ਵਿੱਚ ਸੰਪਰਕ ਹੋ ਚੁੱਕਾ। 7 ਤਰੀਕ ਜਿਹੜੀ ਆ ਇਹ ਜਿਹੜੀ ਲੰਘੀ ਆ, ਇਹਦੇ ਵਿੱਚ ਕਾਫੀ ਜਿਹੜੇ ਅਮੈਰੀਕਾ ਦੇ ਲੀਡਰਾਂ ਨਾਲ ਗੱਲਾਂ ਹੋਈਆਂ, ਇਹਦੇ ਵਿੱਚ ਜਿਹੜੇ ਕਾਂਗਰਸਮੈਨ ਗ੍ਰੈਗਰੀ ਮੀਕਸ ਨੇ ਸਾਡੇ ਰਿਚਮੰਡ ਹਿੱਲ ਏਰੀਆ ਤੋਂ ਨੇ, ਉਹ ਵੀ ਮੇਰੇ ਮਿੱਤਰ ਨੇ, ਉਹਨਾਂ ਨਾਲ ਗੱਲਬਾਤ ਹੋਈ ਅਤੇ ਉਹ ਹੁਣ ਆਊਟ ਆਫ ਕੰਟਰੀ ਨੇ, ਅਮੈਰੀਕਾ 'ਚ ਨਹੀਂ, ਲੇਕਿਨ ਉਹਨਾਂ ਦਾ ਸਟਾਫ ਸਾਡੇ ਨਾਲ ਕੋਆਰਡੀਨੇਟ ਕਰ ਰਿਹਾ। ਅਤੇ ਹੁਣ ਜਿਹੜੇ ਅਸੀਂ 11 ਨੂੰ ਜਿਹੜਾ ਮੈਂ ਵਾਸ਼ਿੰਗਟਨ ਡੀ ਸੀ ਜਾਣਾ, ਉੱਥੇ ਕਾਫੀ ਅਮੈਰੀਕਾ ਦੇ ਲੀਡਰਸ ਨਾਲ ਮੀਟਿੰਗਸ ਮੇਰੀਆਂ ਲਾਈਨਡ ਅਪ ਨੇ ਇਸ ਇਸ਼ੂ ਦੇ ਉੱਤੇ। ਅਤੇ ਇਹ ਮੇਰੀ ਲਾਅ ਫਰਮ ਨੇ ਡੀਪਲੀ ਸਟੱਡੀ ਕੀਤਾ, ਤੁਹਾਨੂੰ ਪਤਾ ਹੀ ਆ ਕਿ ਜਿਹੜੀ ਮੇਰੀ ਲਾਅ ਫਰਮ ਹੈ ਕਈ ਸਟੇਟਾਂ ਦੇ ਵਿੱਚ, ਅਮੈਰੀਕਾ ਦੇ ਵਿੱਚ ਸਾਡੇ ਦਫ਼ਤਰ ਨੇ, ਅਤੇ ਮੇਰੇ ਕੋਲ ਓਵਰ 15 ਅਟਰਨੀਜ਼ ਦੀ, ਐਸੋਸੀਏਟ ਅਟਰਨੀਜ਼ ਦੀ ਟੀਮ ਹੈ ਸਾਡੀ, ਅਸੀਂ ਇਹ ਮੈਟਰ ਸਟੱਡੀ ਕੀਤਾ। ਅਤੇ ਸਾਨੂੰ ਇਹ ਲੱਗਦਾ ਵੀ ਇਹ 'ਚ ਹਿਊਮਨ ਰਾਈਟ ਵਾਇਲੇਸ਼ਨ ਆ, ਕਿਉਂਕਿ ਜਿਸ ਮਤਲਬ ਕਿਸਮ ਦੇ ਕ੍ਰਾਈਮ ਥੱਲੇ ਜਾਂ ਜਿਹੜਾ ਉਹਨਾਂ ਦੇ ਜਿਹੜਾ ਐਕਟ ਲਾਇਆ ਗਿਆ, ਉਹ ਜਿਹੜਾ ਐਕਟ ਆ ਉਹ ਜਿਸ ਕਿਸਮ ਦਾ ਇਹਨਾਂ ਦਾ ਕੰਡਕਟ ਆ ਉਹ ਵਾਰੰਟ ਨਹੀਂ ਕਰਦਾ। ਜਿਵੇਂ ਲਾਅ ਦੇ ਵਿੱਚ ਇੱਕ ਪ੍ਰਿੰਸੀਪਲ ਹੁੰਦਾ ਕਿ ਜਿਹੜੀ ਪਨਿਸ਼ਮੈਂਟ ਸ਼ੁੱਡ ਬੀ ਇਕੁਅਲ ਟੂ ਦਾ ਕ੍ਰਾਈਮ, ਸੋ ਇਹਦੇ ਵਿੱਚ ਜਿਹੜਾ ਕ੍ਰਾਈਮ ਆ ਉਹ ਇਸ ਕਿਸਮ ਦਾ ਨਹੀਂ ਕਿ ਜਿੱਦਾਂ ਦੀ ਪਨਿਸ਼ਮੈਂਟ ਇਹਨਾਂ ਨੂੰ ਅਤੇ ਇਹਨਾਂ ਸਾਥੀਆਂ ਨੂੰ ਦਿੱਤੀ ਗਈ ਆ। ਹੁਣ NSA ਦੇ ਅੰਡਰ ਸਾਲ ਤਕਰੀਬਨ ਜਿਹੜੀ ਜ਼ਮਾਨਤ ਨਹੀਂ ਹੁੰਦੀ, ਅਤੇ ਇਹਨਾਂ ਨੂੰ ਓਵਰ ਸਾਲ ਤੋਂ ਉੱਤੇ ਤਾਂ ਉੱਦਾਂ ਹੀ ਹੋ ਗਿਆ, ਕੋਈ ਟ੍ਰਾਇਲ ਨਹੀਂ ਕੁਛ ਨਹੀਂ, ਅਤੇ ਅੱਗੇ ਟਾਈਮ ਵਧਾਈ ਜਾਂਦੇ। ਜਿਹੜੇ ਨਾਲ ਦੇ ਇਹਨਾਂ ਦੇ ਬੰਦੇ ਨੇ ਉਹ ਵੀ ਇਸੇ ਤਰ੍ਹਾਂ ਹੀ ਆ, ਸੀਰੀਅਸ ਹਿਊਮਨ ਰਾਈਟ ਵਾਇਲੇਸ਼ਨ ਦਾ ਇਸ਼ੂ ਆ। ਅਤੇ ਇਹ ਇਸ਼ੂ ਜਿਹੜਾ ਹੈਗਾ ਉਹ ਅਸੀਂ ਹਿਊਮਨ ਰਾਈਟ ਦੇ ਐਂਗਲ ਤੋਂ ਅਮੈਰੀਕਾ ਸਰਕਾਰ ਦੇ ਨਾਲ ਟੇਕ ਅਪ ਕੀਤਾ। ਆਉਂਦੇ ਦਿਨਾਂ ਵਿੱਚ ਇਹ ਇਸ਼ੂ ਜਿਹੜਾ ਤਕਰੀਬਨ ਅਮੈਰੀਕਾ ਦੇ ਜ਼ਿਆਦਾ ਸੈਂਟਰਾਂ ਦੇ ਕਾਂਗਰਸਮੈਨਾਂ ਦੇ ਨਾਲ ਗੱਲ ਕਰਕੇ ਅਤੇ ਇਹਨੂੰ ਕੋਸ਼ਿਸ਼ ਕਰਾਂਗੇ ਰਿਜ਼ੋਲਵ ਕਰਨ ਦੀ। ਅਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਗਵਰਨਮੈਂਟ ਆਫ ਇੰਡੀਆ 'ਤੇ ਜਿਹੜਾ ਉਹ ਪ੍ਰੈਸ਼ਰ ਪਾਓ ਕਿ ਕਿਉਂਕਿ ਇਹਨਾਂ ਨੂੰ ਹੁਣ ਲੋਕਾਂ ਨੇ ਇੰਨੀ ਭਾਰੀ ਬੰਬ ਦਿਨਾਂ ਜਿਤਾਇਆ, ਇਹਨਾਂ ਨੂੰ ਰਿਲੀਜ਼ ਕੀਤਾ ਜਾਵੇ, ਇਹ ਐਜ਼ ਏ ਮੈਂਬਰ ਪਾਰਲੀਮੈਂਟ ਆਪਣੀਆਂ ਡਿਊਟੀਆਂ ਜਿਹੜੀਆਂ ਨੇ ਉਹ ਕੈਰੀ ਆਨ ਕਰ ਸਕਣ, NSA ਹਟਾਈ ਜਾਵੇ, ਕਿਉਂਕਿ NSA ਦੀ ਕੋਈ ਤੁੱਕ ਹੀ ਨਹੀਂ ਬਣਦੀ ਜਦੋਂ ਉਹਨਾਂ ਨੇ ਇਲੈਕਸ਼ਨ ਹੀ ਲੜ ਲਈ ਜਿਹੜਾ ਸੰਵਿਧਾਨ ਦੇ ਇੰਡੀਆ ਨੂੰ ਅਲੀਜੈਂਸ ਦੇ ਕੇ ਸਹੁੰ ਚੱਕ ਕੇ, ਅਤੇ ਉਹਨਾਂ ਦੇ NSA ਲਾਉਣ ਦਾ ਕੋਈ ਮਤਲਬ ਨਹੀਂ ਆ। ਅਤੇ ਜਿਹੜੀ ਉਹਨਾਂ ਦੀ ਡਿਟੈਂਸ਼ਨ ਆ ਉਹਨੂੰ ਜਿਹੜੇ ਅਮੈਰੀਕਾ ਦੇ ਜਿਹੜੇ ਇੱਥੇ ਸਿੱਖ ਨੇ ਉਹ ਇਹ ਸਮਝਦੇ ਨੇ ਵੀ ਬਹੁਤ ਜ਼ਿਆਦਾ ਧੱਕਾ ਹੋਇਆ, ਇਹ ਗੈਰ ਕਾਨੂੰਨੀ ਆ ਅਤੇ ਨਾਲ ਦੀ ਨਾਲ ਇਹ ਹਿਊਮਨ ਰਾਈਟ ਦੀ ਵਾਇਲੇਸ਼ਨ।
ਅਤੇ ਜਿਹੜੀ ਅਮੈਰੀਕਾ ਦੀ ਲੀਡਰਸ਼ਿਪ ਹੈ, ਜਿਨ੍ਹਾਂ ਨਾਲ ਮੇਰੀ ਗੱਲ ਹੋਈ ਆ, ਹੁਣ ਤੱਕ ਮੈਂ 20 ਤੋਂ ਉੱਪਰ ਲੀਡਰਾਂ ਨਾਲ ਗੱਲ ਕਰ ਚੁੱਕਾ ਜੀ, ਇੰਕਲੂਡਿੰਗ ਅਮੈਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਨਾਲ, ਉਹ ਸਾਰੇ ਵੀ ਇਹ ਫੀਲ ਕਰਦੇ ਨੇ ਕਿ ਇਹ ਮੈਟਰ ਇੱਦਾਂ ਦਾ ਹੈਗਾ ਵੀ ਇਹਦੇ 'ਤੇ ਫਰਦਰ ਜਿਹੜਾ ਉਹ ਟੇਕਅਪ ਕੀਤਾ ਜਾ ਸਕਦਾ, ਕਿਉਂਕਿ ਅਮੈਰੀਕਾ ਜਿਹੜਾ ਹੈਗਾ ਉਹ ਇੰਡੀਆ ਦੇ ਨਾਲ ਬਹੁਤ ਵਧੀਆ ਕੋਰਡੀਅਲ ਰਿਲੇਸ਼ਨ ਰੱਖਦਾ ਅਤੇ ਹੋਰ ਮਜ਼ਬੂਤ ਰਿਲੇਸ਼ਨ ਕਰਨਾ ਚਾਹੁੰਦਾ। ਸੋ ਦੋਨਾਂ ਕੰਟਰੀਆਂ ਦੀ ਜਿਹੜੀ ਤਰੱਕੀ ਹੋਵੇ, ਦੋਨਾਂ ਕੰਟਰੀਆਂ ਦੇ ਆਪਸ ਦੇ ਵਿੱਚ ਰਿਲੇਸ਼ਨ ਚੰਗੇ ਹੋਣ, ਇਹ ਅਸੀਂ ਕਾਮਨਾ ਕਰਦੇ ਹਾਂ। ਅਤੇ ਇਹ ਜਿਹੜੇ ਅਮੈਰੀਕਨ ਲੀਡਰਸ ਨੇ ਹਮੇਸ਼ਾ ਵਰਕ ਕਰਦੇ ਨੇ, ਇੰਡੀਆ ਬਹੁਤ ਇੰਪੋਰਟੈਂਟ ਐਲਾਈ ਹੈ, ਲੇਕਿਨ ਜਿੱਥੇ ਹਿਊਮਨ ਰਾਈਟ ਵਾਇਲੇਸ਼ਨ ਦੀ ਗੱਲ ਆਉਂਦੀ ਹੈ, ਉੱਥੇ ਅਮੈਰੀਕਾ ਹਮੇਸ਼ਾ ਸਟੈਂਡ ਲੈਂਦਾ, ਕਿਉਂਕਿ ਅਮੈਰੀਕਾ ਦੇ ਵਿੱਚ ਹਿਊਮਨ ਰਾਈਟਸ ਦੀ ਜਿਹੜੀ ਵਾਇਲੇਸ਼ਨ ਹੈ, ਚਾਹੇ ਇੱਥੇ ਹੋਵੇ ਜਾਂ ਬਾਹਰ ਹੋਵੇ ਕਿਤੇ ਵੀ, ਉਹਨੂੰ ਬੜਾ ਲਿਆ ਜਾਂਦਾ ਸੀਰੀਅਸਲੀ। ਸੋ ਜਿਹੜੀ ਸਿੱਖ ਕਮਿਊਨਿਟੀ ਆ, ਉਹ ਅਮੈਰੀਕਾ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਕਾਫੀ ਜ਼ਿਆਦਾ ਇੱਥੇ ਮਿਹਨਤੀ ਨੇ, ਇੱਥੇ ਕਈ ਸਟੇਟਾਂ ਦੇ ਵਿੱਚ ਨੇ, ਅਤੇ ਅਮੈਰੀਕਾ ਦੀ ਇਕੋਨਮੀ ਨੂੰ ਬਹੁਤ ਜ਼ਿਆਦਾ ਕੰਟਰੀਬਿਊਟ ਕਰਦੇ ਨੇ। ਸਿੱਖ ਕਮਿਊਨਿਟੀ ਦਾ ਸਾਰੇ ਲੀਡਰ ਬੜਾ ਰਿਗਾਰਡ ਕਰਦੇ ਨੇ, ਕਿਉਂਕਿ ਮੈਂ ਤਾਂ ਇਹਨਾਂ ਨੂੰ ਮਿਲਦਾ ਰਹਿੰਦਾ ਅਕਸਰ, ਅਤੇ ਬਹੁਤ ਰਿਗਾਰਡ ਕਰਦੇ ਆ। ਅਤੇ ਜਦੋਂ ਉਹਨਾਂ ਨੂੰ ਇਹ ਲੱਗਦਾ ਪਤਾ ਵੀ ਇਸ ਕਿਸਮ ਦੀ ਜਿਹੜੀ ਹਿਊਮਨ ਰਾਈਟ ਦੀ ਵਾਇਲੇਸ਼ਨ ਹੈ ਉਹ ਸਿੱਖਾਂ ਦੇ ਪ੍ਰਤੀ ਜਾਂ ਸਿੱਖਾਂ ਦੇ ਲੀਡਰਾਂ ਦੇ ਪ੍ਰਤੀ ਹੋ ਰਹੀ ਆ, ਅਤੇ ਉਹਦਾ ਤਾਂ ਉਹ ਜਿਹੜਾ ਹੈਗਾ ਨੋਟਿਸ ਲੈਂਦੇ ਹੀ ਨੇ। ਪਰ ਨਾਲ ਦੀ ਨਾਲ ਇਹ ਵੀ ਉਹਨਾਂ ਦੀ ਮੰਗ ਹੁੰਦੀ ਆ ਕਿ ਅਮਨ ਸ਼ਾਂਤੀ ਜਿਹੜੀ ਮਾਹੌਲ ਆ ਉਹ ਬਣਾਇਆ ਜਾਵੇ, ਉਹ ਰੱਖਿਆ ਜਾਵੇ, ਜਿਹੜਾ ਭਾਈਚਾਰਕ ਸਾਂਝ ਆ, ਕਿਉਂਕਿ ਅਮੈਰੀਕਾ ਇੱਕ ਸੈਕੂਲਰ ਕੰਟਰੀ ਆ, ਡੈਮੋਕ੍ਰੈਟਿਕ ਕੰਟਰੀ ਆ, ਅਤੇ ਇਹਦੇ ਜਿਹੜੇ ਲੀਡਰ ਨੇ ਜਾਂ ਅਸੀਂ ਆ ਉਹ ਡੈਮੋਕ੍ਰੇਸੀ 'ਚ ਬਲੀਵ ਕਰਦੇ ਹਾਂ, ਸੈਕੂਲਰਿਜ਼ਮ 'ਚ ਬਲੀਵ ਕਰਦੇ ਹਾਂ। ਅਸੀਂ ਇਹ ਚਾਹੁੰਦੇ ਹਾਂ ਕਿ ਸਾਰੇ ਭਾਈਚਾਰੇ ਜਿਹੜੇ ਨੇ ਉਹ ਬਰਾਬਰ ਇੱਕ ਦੂਜੇ ਦੇ ਜਿਹੜੇ ਪਿਆਰ ਨਾਲ ਜਿਹੜੇ ਚੱਲਣ। ਅਮੈਰੀਕਾ ਦੀ ਜਿਹੜੀ ਲੀਡਰਸ਼ਿਪ ਹੈ ਕਿ ਸਟਰੋਂਗ ਇੰਡੀਆ ਦੇਖਣਾ ਚਾਹੁੰਦੀ ਹੈ, ਸਟਰੋਂਗ ਐਂਡ ਵਾਇਬਰੈਂਟ ਇੰਡੀਆ ਦੇ ਹੱਕ 'ਚ ਹੈ। ਅਤੇ ਇਹਨਾਂ ਨਾਲ ਜਿਹੜੀ ਮੇਰੀ ਡਿਟੇਲ ਗੱਲਬਾਤ ਹੋਈ ਆ ਜਾਂ ਹੋ ਰਹੀ ਆ, ਈਵਨ ਪਹਿਲਾਂ ਵੀ ਮੇਰੀ ਗੱਲ ਇਹਨਾਂ ਨਾਲ ਹੁੰਦੀ ਰਹਿੰਦੀ ਆ ਅੱਡ ਅੱਡ ਇਸ਼ੂਜ਼ ਦੇ ਉੱਤੇ, ਇਹ ਕੋਈ ਨਵੀਂ ਗੱਲ ਨਹੀਂ, ਮੈਂ ਇਹਨਾਂ ਨੂੰ ਮਿਲਦਾ ਰਹਿੰਦਾ ਅਮੈਰੀਕਾ ਦੇ ਲੀਡਰਾਂ ਨੂੰ। ਅਤੇ ਉਹ ਜਿਹੜੀ ਆ ਉਹ ਜ਼ਿਆਦਾ ਹੀ ਕਹਿੰਦੇ ਨੇ ਕਿ ਦੋਨਾਂ ਕੰਟਰੀਜ਼ ਦੇ ਵਿੱਚ ਜਿਹੜੀ ਕੋਆਪਰੇਸ਼ਨ ਆ ਉਹ ਜਿੰਨੀ ਜ਼ਿਆਦਾ ਹੋਵੇ ਹੋਰ ਜ਼ਿਆਦਾ ਹੋਣੀ ਚਾਹੀਦੀ ਆ, ਬਹੁਤ ਵਧੀਆ ਰਿਲੇਸ਼ਨ ਨੇ। ਪਰ ਜਿਹੜੇ ਆ ਹਿਊਮਨ ਰਾਈਟ ਦੇ ਇਸ਼ੂ ਨੇ, ਇਹ ਰਿਜ਼ੋਲਵ ਕਰਨੇ ਜ਼ਰੂਰੀ ਨੇ। ਜਿੱਥੇ ਸਾਡੇ ਧਿਆਨ ਦੇ ਵਿੱਚ ਕੋਈ ਇਦਾਂ ਦਾ ਇਸ਼ੂ ਆਉਂਦਾ, ਉਹ ਸਾਡੀ ਡਿਊਟੀ ਆ ਕਿ ਅਸੀਂ ਇਹ ਚੱਕੀਏ। ਸੋ ਮੈਂ ਜਦੋਂ ਸਾਰਾ ਦੇਖਿਆ ਪੜਿਆ, ਮੈਨੂੰ ਵੀ ਲੱਗਿਆ ਵੀ ਵਾਕਈ ਇਹ ਬਹੁਤ ਵੱਡੀ ਹਿਊਮਨ ਰਾਈਟ ਦੀ ਵਾਇਲੇਸ਼ਨ ਆ ਕਿ ਸਾਲ ਤੋਂ ਉੱਤੇ ਉਹਨਾਂ ਨੂੰ ਜਿਹੜਾ ਰੱਖਿਆ ਗਿਆ ਪ੍ਰਿਵੈਂਟਿਵ ਡਿਟੈਂਸ਼ਨ 'ਚ, ਕੋਈ ਕੇਸ ਨਹੀਂ ਚੱਲਿਆ, ਕੁਛ ਨਹੀਂ, ਅਤੇ ਆਪਣੀ ਜਿਹੜੀ ਸਟੇਟ ਆ ਉਹ ਤੋਂ ਇੰਨੇ 1000 ਕਿਲੋਮੀਟਰ ਦੂਰ, ਅਤੇ ਇੰਨੀਆਂ ਪਾਬੰਦੀਆਂ, ਉਹ ਵੀ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ, ਅਤੇ ਜੋ ਉਹਨਾਂ ਨੇ ਉਹਨਾਂ ਦੇ ਚਾਰਜਿਸ ਲਾਈ ਨੇ ਉਹਦੇ ਮੁਤਾਬਕ ਸਜ਼ਾ ਜਿਹੜੀ ਆ ਬਹੁਤ ਜ਼ਿਆਦਾ ਆ। ਸੋ ਜਿਹੜੀ ਪਨਿਸ਼ਮੈਂਟ ਹੈਗੀ ਆ, ਇਟ ਮਸਟ ਫਿਟ ਦ ਕ੍ਰਾਈਮ, ਇਹ ਇੱਕ ਲੀਗਲ ਜਿਹੜਾ ਹੈਗਾ ਉਹ ਡਾਕਟਰਨ ਆ। ਸੋ ਅਮੈਰੀਕਾ ਦੇ ਵਿੱਚ ਜਿਹੜੇ NRI ਨੇ, ਖਾਸ ਕਰਕੇ ਸਾਡਾ ਸਿੱਖ ਭਾਈਚਾਰਾ, ਜਿਹਦੇ ਨਾਲ ਕਿ ਮੇਰਾ ਕਈ ਸਟੇਟਾਂ ਦੇ ਵਿੱਚ ਤਾਲਕ ਆ, ਮੇਰੇ ਦਫ਼ਤਰ ਨਿਊਯਾਰਕ 'ਚ ਨੇ, ਨਿਊ ਜਰਜ਼ੀ ਨੇ, ਕੈਲੀਫੋਰਨੀਆ ਨੇ, ਹੁਣ ਅਸੀਂ ਐਰੀਜ਼ੋਨਾ ਆਫਿਸ ਖੋਲ੍ਹਣ ਜਾ ਰਹੇ ਹਾਂ। ਸੋ ਅਸੀਂ ਹੋਰ ਸਟੇਟਾਂ ਦੇ ਵੀ, ਸਾਡੇ ਜਿੱਥੇ ਨਹੀਂ ਵੀ ਆਫਿਸ, ਜਿਵੇਂ ਪੈਨਸਲਵੇਨੀਆ, ਵਰਜੀਨੀਆ, ਮਿਸ਼ੀਗਨ, ਸ਼ਿਕਾਗੋ, ਉੱਥੇ ਵੀ ਬਹੁਤ ਜ਼ਿਆਦਾ ਕਲੈਂਟਾਂ ਨੂੰ ਰੈਪ੍ਰਜੈਂਟ ਕਰਦੇ ਹਾਂ। ਸੋ ਇਹ ਜਿਹੜੀ ਮੇਰੀ ਵਾਈਡ ਸਕੇਲ ਆਪਣੇ ਜਿਹੜੇ ਆਪਣੇ ਪੰਜਾਬੀਆਂ ਨਾਲ, ਸਿੱਖਾਂ ਨਾਲ ਗੱਲ ਹੋਈ ਆ, ਮੈਨੂੰ ਬਹੁਤ ਕਾਲਾਂ ਆਈਆਂ ਨੇ। ਉਹਨਾਂ ਨੇ ਮੈਨੂੰ ਇਹ ਕਿਹਾ ਕਿ ਤੁਸੀਂ ਹਮੇਸ਼ਾ ਇਮੀਗ੍ਰੇਸ਼ਨ ਦੇ ਇਸ਼ੂ ਜਿਹੜੇ ਨੇ ਜਾਂ ਹੋਰ ਗੱਲਾਂ ਅਮੈਰੀਕਨ ਲੀਡਰਸ਼ਿਪ ਨਾਲ ਟੇਕ ਕਰਦੇ ਹੋ, ਇਹਨੂੰ ਵੀ ਤੁਸੀਂ ਉਹਨਾਂ ਨਾਲ ਟੇਕਅਪ ਕਰੋ। ਅਤੇ ਅਸੀਂ, ਮੇਰੀ ਲਾਅ ਫਰਮ ਨੇ ਡਿਸਾਈਡ ਕੀਤਾ ਕਿ ਇਹ ਮਸਲਾ ਅਸੀਂ ਟੇਕਅਪ ਕਰਾਂਗੇ, ਅਤੇ ਅਸੀਂ ਕਰ ਲਿਆ ਆਲਰੇਡੀ। ਸਾਡੀਆਂ ਪਹਿਲਾਂ ਮੀਟਿੰਗਾਂ, ਜਿਵੇਂ ਮੈਂ ਦੱਸਿਆ, ਉਹ 7 ਤਰੀਕ ਨੂੰ ਹੋ ਚੁੱਕੀਆਂ ਨੇ। ਅਗਲਾ ਮੀਟਿੰਗ ਦਾ ਦੌਰ 11 ਨੂੰ ਵਾਸ਼ਿੰਗਟਨ DC ਆ। ਇਹਦੋਂ ਬਾਅਦ ਅਸੀਂ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਹੋਰ ਮੁਲਕ ਨੇ, ਜਿਹੜੇ ਕਿ ਹੈੱਡਕੁਆਟਰ ਹੈਗਾ ਇਹਨਾਂ ਦਾ ਨਿਊਯਾਰਕ, ਉਹਨਾਂ ਦੇ ਜਿਹੜੇ ਪਰਮਨੈਂਟ ਜਿਹੜੇ ਹੈਗੇ ਰੈਪ੍ਰਜੈਂਟੇਟਿਵ, ਉਹਨਾਂ ਨਾਲ ਵੀ ਗੱਲ ਕਰ ਰਹੇ ਹਾਂ। 10 ਤੋਂ ਵੱਧ ਮੁਲਕਾਂ ਦੇ ਜਿਹੜੇ ਨੇ, ਉਹਨਾਂ ਨਾਲ ਸਾਡੀ ਗੱਲ ਹੋ ਚੁੱਕੀ ਆ। ਉਹ ਵੀ ਇਹ ਸਾਰੇ ਅਸੀਂ ਜਿਹਦੇ ਨਾਲ ਵੀ ਗੱਲ ਕੀਤੀ ਆ, ਓਵਰਵੈਲਮਿੰਗ ਨਹੀਂ, ਉਹ ਕਹਿ ਰਹੇ ਨੇ ਵੀ ਵਾਕਈ ਇਹ ਹਿਊਮਨ ਰਾਈਟ ਦਾ ਵਿਊਜ਼ ਹੈ ਕਿ ਜਿਹੜਾ ਇਲੈਕਟਡ ਬੰਦਾ, ਜਿਹਨੂੰ ਕਿ ਲੋਕਾਂ ਨੇ ਵੋਟ ਪਾ ਕੇ ਜਿਤਾਇਆ ਹੋਵੇ ਐਡੇ ਮੈਂਡੇਟ ਨਾਲ, ਉਹ ਉਹਨੂੰ ਜਿਹੜੀ ਸਰਕਾਰ ਆ ਉਹ ਕਿਉਂ ਚੁੱਪ ਆ, ਉਹਨਾਂ ਨੂੰ ਜਿਹੜੀ ਛੱਡਣ ਬਾਰੇ ਕਾਰਵਾਈ ਕਿਉਂ ਨਹੀਂ ਹੋ ਰਹੀ। ਸੋ ਅਸੀਂ ਅਮਰੀਕਨ ਸਰਕਾਰ ਨੂੰ ਅਮਰੀਕਾ ਦੇ ਸਿੱਖਾਂ ਦੇ ਬਿਹਾਫ 'ਤੇ, ਜਿਹੜੇ ਅਮਰੀਕਨ ਸਿਟੀਜ਼ਨ ਸਿੱਖ ਨੇ, ਉਹ ਬੇਨਤੀ ਕਰਦੇ ਹਾਂ ਕਿ ਇਹ ਜਿਹੜੀ ਹਿਊਮਨ ਰਾਈਟ ਦੀ ਵਾਇਲੇਸ਼ਨ ਆ ਇਹ ਨਹੀਂ ਹੋਣੀ ਚਾਹੀਦੀ, ਅਤੇ ਹਿਊਮਨ ਰਾਈਟਸ ਦੇ ਐਂਗਲ ਤੋਂ ਇਹਦੇ 'ਚ ਇੰਟਰਫੇਰੈਂਸ ਹੋਣੀ ਚਾਹੀਦੀ ਆ। ਅਗਲੇ ਹਫ਼ਤੇ ਦੇ ਵਿੱਚ
ਵੱਧ ਤੋਂ ਵੱਧ ਸੈਂਟਰਾਂ ਅਤੇ ਕਾਂਗਰਸਮੈਨਾਂ ਨੂੰ ਅਸੀਂ ਸੰਪਰਕ ਕਰਾਂਗੇ। ਉਹਦੇ ਨਾਲ ਹੀ ਸਾਡੀ ਇਹ ਵੀ ਬੇਨਤੀ ਆ ਕਿ ਜਿਹੜੇ ਮੈਂਬਰ ਪਾਰਲੀਮੈਂਟ ਜਿੱਤੇ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ, ਉਹਨਾਂ ਨੂੰ ਜਿੱਥੋਂ ਕਿ ਮਤਲਬ ਤੱਕ ਕਿ ਅਸੀਂ ਵਧਾਈ ਦਿੰਦੇ ਹਾਂ ਇਸ ਇਲੈਕਸ਼ਨ ਦੀ ਜਿੱਤ 'ਤੇ, ਨਾਲ ਹੀ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਇੱਥੋਂ ਦੇ ਲੀਡਰਾਂ ਦਾ ਕੰਸਰਨ ਆ ਉਹ ਆ ਵੀ ਪੰਜਾਬ ਦੇ ਹਾਲਾਤ ਜਿਹੜੇ ਨੇ ਚੰਗੇ ਹੋਣੇ ਚਾਹੀਦੇ ਨੇ, ਸ਼ਾਂਤੀ ਹੋਣੀ ਚਾਹੀਦੀ ਆ ਅਤੇ ਅਪਰੋਚ ਜਿਹੜੀ ਆ ਉਹ ਸੈਕੂਲਰ ਹੋਣੀ ਚਾਹੀਦੀ ਆ, ਕਿਉਂਕਿ ਅਮੈਰੀਕਾ ਜਿਹੜਾ ਉਹ ਇਹ ਬਿਲੀਵ ਕਰਦਾ ਵੀ ਸਾਰੇ ਧਰਮ ਬਰਾਬਰ ਨੇ, ਅਤੇ ਸਾਡਾ ਸਿੱਖ ਧਰਮ ਵੀ ਇਹੀ ਬਿਲੀਵ ਕਰਦਾ, ਅਸੀਂ ਆਪ ਬਿਲੀਵ ਕਰਦੇ ਹਾਂ ਸਰਬੱਤ ਦੇ ਭਲੇ ਦੇ ਵਿੱਚ। ਸੋ ਸਾਡੇ ਜਿਹੜੇ ਸਾਰੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੇ ਵਿੱਚ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਨੇ, ਅਤੇ ਇਸ ਕਰਕੇ ਅਸੀਂ ਇੱਥੇ ਵੀ ਤੁਸੀਂ ਦੇਖ ਲਓ ਅਮਰੀਕਾ ਦੇ ਵਿੱਚ ਮੈਂ ਬਹੁਤ ਗੁਰਦੁਆਰਿਆਂ ਨੂੰ ਰੈਪਰੈਂਟ ਕਰਦਾ, ਇੱਥੇ ਬਹੁਤ ਜ਼ਿਆਦਾ ਲੋਕ ਜਿਹੜੇ ਸਾਊਥ ਇੰਡੀਆ ਤੋਂ ਆਉਂਦੇ ਆ ਉਹ ਲੰਗਰ ਛਕਦੇ ਆ, ਗੁਜਰਾਤ ਤੋਂ ਛਕਦੇ ਆ, ਅਸੀਂ ਉਹਨਾਂ ਨੂੰ ਉਸੇ ਤਰ੍ਹਾਂ ਵੈਲਕਮ ਕਰਦੇ ਹਾਂ, ਸਾਡੀ ਇਹ ਟ੍ਰੈਡੀਸ਼ਨ ਆ। ਜਦੋਂ ਇੱਥੇ ਪਿੱਛੇ ਕੋਵਿਡ ਆਇਆ ਅਤੇ ਇੱਥੇ ਕਈ ਗੁਰਦੁਆਰਿਆਂ ਨੂੰ ਅਮਰੀਕਾ ਸਰਕਾਰ ਨੇ ਸਨਮਾਨਿਤ ਕੀਤਾ, ਜਿਨ੍ਹਾਂ ਨੇ ਕਿ ਇੱਥੋਂ ਦੇ ਲੋਕਾਂ ਨੂੰ ਉਸ ਭੀੜ ਦੇ ਵਿੱਚ ਬਹੁਤ ਜ਼ਿਆਦਾ ਲੰਗਰ ਛਕਾਇਆ। ਸੋ ਸਾਡੀ ਇਹ ਟ੍ਰੈਡੀਸ਼ਨ ਆ। ਸੋ ਅਸੀਂ ਇਹ ਸਾਰਿਆਂ ਨੂੰ ਮਤਲਬ ਬੇਨਤੀ ਕਰਦੇ ਹਾਂ ਕਿ ਜਿਹੜਾ ਮਾਹੌਲ ਆ ਉਹ ਸ਼ਾਂਤੀ ਵਾਲਾ ਹੋਣਾ ਚਾਹੀਦਾ, ਨਾਲ ਦੇ ਨਾਲ ਆਪਸੀ ਭਾਈਚਾਰਾ ਹੋਣਾ ਚਾਹੀਦਾ, ਕੋਈ ਸਹਿਮ ਦੀ ਗੱਲ ਨਹੀਂ ਹੋਣੀ ਚਾਹੀਦੀ ਅਤੇ ਕੋਈ ਜਿਹੜੀ ਵਾਇਲੈਂਸ ਵਾਲੀ ਜਾਂ ਇੱਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ, ਤਾਂ ਕਿ ਇਹ ਮਤਲਬ ਕਿਸੇ ਨੂੰ ਹੈਂਡਲ ਮਿਲ ਸਕੇ ਕਿ ਉਹ ਗੱਲ ਨੂੰ ਮਤਲਬ ਹੋਰ ਪਾਸੇ ਲਿਜਾਣ ਲਈ। ਬਾਕੀ ਮੇਨ ਇਹ ਆ ਕਿ ਜਿਹੜੀ ਉਹਨਾਂ ਦੀ ਡਿਟੈਨਸ਼ਨ ਆ ਜਾਂ ਉਹ ਨਾਲਦਿਆਂ ਦੀ, ਜਿਹੜਾ ਅਸੀਂ ਸਟੱਡੀ ਕੀਤਾ ਮੇਰੀ ਲਾ ਫਰਮ, ਸਾਨੂੰ ਲੱਗ ਰਿਹਾ ਕਿ ਐਕਸੈਸਿਵ ਆ, ਕਿ ਇਹਨਾਂ 'ਤੇ ਜਿਹੜਾ ਜਿਹੜੀ ਧਾਰਾ ਲਾਈ ਗਈ ਆ ਉਹ ਇਹਨਾਂ ਦੇ ਕਿਸਮ ਦੀ ਜੋ ਐਕਟੀਵਿਟੀ ਸੀਗੀ ਉਹ 'ਤੇ ਨਹੀਂ ਬਣਦੀ, ਅਤੇ ਸੀਰੀਅਸ ਹਿਊਮਨ ਰਾਈਟ ਵਾਇਲੇਸ਼ਨ ਆ। ਅਮੈਰੀਕਨ ਗੌਰਮੈਂਟ ਦੇ ਕੋਲ ਟੇਕਅਪ ਕੀਤਾ, ਇਹਦੋਂ ਬਾਅਦ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਹੋਰ ਮੁਲਕ ਨੇ, ਮੇਰਾ ਆਪਣਾ ਹੈੱਡ ਆਫਿਸ ਨਿਊਯਾਰਕ ਆ, ਉਹਨਾਂ ਦਾ ਸੰਪਰਕ ਸ਼ੁਰੂ ਆ, ਸੋਮਵਾਰ ਤੋਂ ਬਾਅਦ ਉਹਨਾਂ ਨਾਲ ਵੀ ਟੇਕਅਪ ਕਰਾਂਗੇ। ਸੋ ਮੈਂ ਬੇਨਤੀ ਕਰਾਂਗਾ ਅਮੈਰੀਕਾ ਦੀ ਸਿੱਖ ਸੰਗਤ ਵੱਲੋਂ ਹਿੰਦੁਸਤਾਨ ਦੀ ਸਰਕਾਰ ਨੂੰ ਅਤੇ ਪੰਜਾਬ ਦੀ ਸਰਕਾਰ ਨੂੰ ਕਿ ਭਾਈ ਅੰਮ੍ਰਿਤਪਾਲ ਸਿੰਘ ਇਲੈਕਸ਼ਨ ਜਿੱਤੇ ਆ, ਲੋਕਾਂ ਨੇ ਭਾਰੀ ਬਹੁਮਤ ਨਾਲ ਜਿਤਾਇਆ, ਅਤੇ ਇਹਨਾਂ ਨੂੰ ਤੁਸੀਂ ਜੇਲ੍ਹ 'ਚੋਂ ਬਾਹਰ ਕੱਢੋ ਤਾਂ ਕਿ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਕਰ ਸਕਣ, ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਦੀ ਸੇਵਾ ਕਰ ਸਕਣ। ਅਤੇ ਜਿਵੇਂ ਮੈਂ ਅੱਗੇ ਕਿਹਾ, ਮੇਰੀ ਅੰਮ੍ਰਿਤਪਾਲ ਸਿੰਘ ਜੀ ਨੂੰ ਵੀ ਬੇਨਤੀ ਆ ਅਤੇ ਉਹਨਾਂ ਦੇ ਪਰਿਵਾਰ ਨੂੰ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਾ ਕਾਇਮ ਰਹੇ, ਉੱਥੇ ਜਿਹੜਾ ਹੈਗਾ ਸੈਕੂਲਰ ਟ੍ਰੈਡੀਸ਼ਨ ਜੋ ਸਾਡੇ ਧਰਮ ਦੀਆਂ ਨੇ, ਸਾਡੀ ਡੈਮੋਕ੍ਰੇਸੀ ਦੀਆਂ ਨੇ, ਉਹ ਜਿਹੜੀਆਂ ਹੈਗੀਆਂ ਬਰਕਰਾਰ ਰਹਿਣ, ਅਤੇ ਸਾਰੇ ਜਿਹੜੇ ਨੇ ਹਿੰਦੂ ਮੁਸਲਿਮ ਸਿੱਖ ਇਸਾਈ ਜਿੰਨੇ ਵੀ ਲੋਕ ਨੇ ਜਾਂ ਸਾਰੇ ਵਰਗਾਂ ਦੇ, ਉਹ ਪਿਆਰ ਨਾਲ ਆਪਸੀ, ਜਿਵੇਂ ਅਸੀਂ ਬਾਹਰ ਰਹਿੰਦੇ ਹਾਂ ਅਮਰੀਕਾ ਦੇ ਵਿੱਚ, ਇੱਥੇ ਕੋਈ ਵਖਰੇਵੇਂ ਨਹੀਂ ਗਏ, ਇਸੇ ਤਰ੍ਹਾਂ ਹੀ ਰਹਿਣ, ਤਾਂ ਕਿ ਸਾਡਾ ਪੰਜਾਬ ਤਰੱਕੀ ਕਰੇ ਅਤੇ ਹਿੰਦੁਸਤਾਨ ਤਰੱਕੀ ਕਰੇ, ਅਮਰੀਕਾ ਤਰੱਕੀ ਕਰੇ। ਅਸੀਂ ਦੋਨਾਂ ਜਿਹੜੇ ਮੁਲਕ ਨੇ, ਇੰਡੀਆ ਅਤੇ ਅਮੈਰੀਕਾ, ਇਹਨਾਂ ਦੀ ਤਰੱਕੀ ਲੋੜਦੇ ਹਾਂ, ਅਸੀਂ ਪੰਜਾਬ ਦਾ ਭਲਾ ਚਾਹੁੰਦੇ ਹਾਂ। ਸਭ ਤੋਂ ਜ਼ਿਆਦਾ ਪੰਜਾਬ ਦੀ ਇਕੋਨਮੀ ਦੇ ਵਿੱਚ ਜਿਹੜੇ NRI ਯੋਗਦਾਨ ਪਾਉਂਦੇ, ਤੁਹਾਨੂੰ ਪਤਾ ਹੀ ਆ ਕਿ ਇੱਥੋਂ ਦੇ ਬੰਦੇ ਜਿਹੜੇ ਨੇ ਆਪਣੇ ਜਿਹੜਾ ਪਿੱਛਿਆਂ ਦੀ ਜਿਹੜੇ ਲੋਕ ਨੇ ਕਿੰਨੀ ਮਤ ਕਰਦੇ ਆ, ਮੈਂ ਹਜ਼ਾਰਾਂ ਲੋਕਾਂ ਨੂੰ ਇੱਥੇ ਰੈਪ੍ਰਜੈਂਟ ਕਰਦਾ, ਉਹ ਸਾਰੇ ਹੀ ਆਪਣੇ ਪਰਿਵਾਰਾਂ ਦੀ ਪਿੱਛੇ ਮਤ ਕਰਦੇ ਨੇ। ਸੋ ਇਹ ਜਿਹੜੀ ਇੱਥੇ ਮਿਹਨਤ ਕਰਦੇ ਨੇ, ਸੋ ਇਸ ਕਰਕੇ ਉਹਨਾਂ ਦੀ ਇਹ ਇੱਛਾ ਹੈ ਕਿ ਇਸ ਨੌਜਵਾਨ ਨੂੰ ਜਿਹਨੇ ਕਿ ਇਲੈਕਸ਼ਨ ਜਿੱਤੀ ਆ ਅਤੇ ਉਹਨੂੰ ਜੇਲ੍ਹ 'ਚੋਂ ਛੱਡਿਆ ਜਾਵੇ ਤਾਂ ਕਿ ਉਹ ਆਪਣਾ ਜਿਹੜਾ ਐਜ਼ ਏ MP ਡਿਊਟੀ ਆ ਉਹਨੂੰ ਨਿਭਾ ਸਕੇ ਅਤੇ ਆਪਣੇ ਲੋਕਾਂ ਦੀ ਸੇਵਾ ਕਰ ਸਕੇ। ਸਤਿ ਸ਼੍ਰੀ ਅਕਾਲ ਜੀ।